ਸਿੱਖਾਂ ਨੂੰ ਇਹ ਗੋਰਿਆਂ ਨੇ ਆਖਿਆ ਸੀਗਾ ਵੀ ਇਹ ਮਤਲਬ ਪ੍ਰਸਤ ਕੌਮ ਹੈ ਜੀ। ਜਿਸ ਵਕਤ ਲੜਾਈ ਹੋਈ ਆ ਸਭਰਾਵਾਂ ਦੀ, ਹਾਂਜੀ, ਤੇ ਲਾਲ ਸਿੰਘ ਦੇ ਹੱਥ ਦੇ ਵਿੱਚ ਕੋਈ ਮਲੇਸ਼ਮ ਦੀ ਕਮਾਂਡ ਸੀਗੀ, ਹਾਂ, ਦੇਣਾ ਸੀਗਾ, ਤੇ ਤੇਜਾ ਸਿੰਘ ਦੇ ਹੱਥ ਸੀ ਜਿਹੜਾ ਪੁਲਿਸ ਜਾਂ ਬੇੜੀਆਂ ਆਵਾਜਾਈ ਦਾ ਸਾਧਨ ਸੀਗਾ ਜੀ। ਹੁਣ ਆਪਦਾ ਜਦੋਂ ਸਾਰੀ ਫੌਜ ਲੰਘ ਗਈ, ਹੁਣ ਆਪਦਾ ਪੁਲ ਤੋੜ ਦਿੱਤਾ ਤੇ ਹੁਣ ਬਰੂਦ ਦੀ ਥਾਂ ਸਰੋਂ ਦੀਆਂ ਬੋਰੀਆਂ, ਕਹਿੰਦੇ ਜੀ ਰਾਣੀ ਜਿੰਦਾ ਨੇ ਕਰ ਲਿਆ। ਬੜੀ ਗੱਲ ਮਸ਼ਹੂਰ ਹੋਈ ਸੀ ਇਹ, ਕੋਈ ਮੇਰੇ ਆਪਦੇ ਮਨ ਦੀ ਗੱਲ ਨਹੀਂ ਹੈਗੀ ਕਿ ਉਹਨਾਂ ਨੂੰ ਮਤਲਬ ਪੂਰਾ ਮਿਲੇਸ਼ਨ ਵੀ ਨਹੀਂ ਮਿਲਿਆ, ਪੂਰੀ ਫੋਰਸ ਵੀ ਨਹੀਂ ਪਿੱਛੋਂ ਮਿਲੀ ਜੀ। ਤੇ ਇੱਕ ਦੂਸਰੇ ਦੇ ਇਲਾਕੇ ਜਾ ਕੇ ਜਿਹੜੀ ਲੜਾਈ ਕਰਨੀ ਹੈ ਨਾ, ਦੂਸਰੇ ਦੇ ਘਰ ਜਾ ਕੇ ਲੜਨਾ, ਉਹ ਆਦਮੀ ਮਾਰ ਕੇ ਨਹੀਂ ਆਉਂਦਾ, ਮਰ ਕੇ ਜਾਂਦਾ ਵਾ ਜੀ। ਇਹ ਤਾਂ ਕਹਾਵਤ ਹੁਣ ਦੀ ਵੀ ਆ ਤੇ ਪਹਿਲੀ ਵੀ ਆ। ਠੀਕ ਹੈ। ਤੇ ਜਿੰਨੀਆਂ ਸਿੱਖਾਂ ਦੀਆਂ ਲੜਾਈਆਂ ਹੋਈਆਂ ਵਾ, ਸਾਰਾ ਇਹਨਾਂ ਨੇ ਮਤਲਬ ਮੌਤਕੀ ਦੀ ਹੋਈ ਆ, ਤੇ ਉਹ ਵੀ ਫਿਰੋਜ਼ਪੁਰ ਤੋਂ ਕਿੰਨੀ ਦੂਰ ਹੋਈ ਆ। ਦੂਜੀ ਫੇਰੂ ਸ਼ਹਿਰ ਹੋਈ ਜੀ, ਫੇਰੂ ਸ਼ਹਿਰ, ਹਾਂਜੀ, ਤੇ ਫੇਰੂ ਸ਼ਹਿਰ ਦੀ ਹੋਈ ਆ, ਤੇ ਉਹ ਵੀ ਇਸੇ ਤਰ੍ਹਾਂ ਹੀ ਅੰਦਰ ਹੀ ਹੋਈ ਆ। ਸਤਲੁਜ ਦੀ ਹੱਦ ਹੈ ਵੀ ਸਤਲੁਜ ਦੇ ਅੰਦਰ ਸਿੱਖਾਂ ਦਾ ਰਾਜ ਸੀ, ਅਤੇ ਉਸ ਤੋਂ ਆਊਟ ਸਾਈਡ 'ਤੇ ਸੀ ਅੰਗਰੇਜ਼ ਰਾਜ ਸੀਗਾ ਡਿਸਟ੍ਰਿਕਟ ਬੋਰਡ ਦਾ, ਅਤੇ ਉਹ ਫਿਰ ਇਸੇ ਤਰ੍ਹਾਂ ਹੀ ਇਹਨਾਂ ਨੂੰ ਹਾਰ ਹੀ ਹੁੰਦੀ ਗਈ ਆ। ਅਤੇ ਉਹਨਾਂ ਨੇ ਆਖਿਆ ਸੀਗਾ ਵੀ ਇਹ ਜਿਹੜੀ ਕੌਮ ਵਫ਼ਾਦਾਰ ਕੌਮ ਨਹੀਂ ਹੈ, ਅਤੇ ਲਾਲ ਸਿੰਘ ਨੂੰ ਉਹਨਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀਗਾ, ਅਤੇ ਜਿਹੜਾ ਤੇਜਾ ਸਿੰਘ ਸੀ ਉਹਦੇ ਬੀੜੀਆਂ ਬੰਨ ਕੇ ਇਹੋ ਜਿਹੀ ਜੇਲ੍ਹ 'ਚ ਸੁੱਟਿਆ ਜਿੱਥੋਂ ਕਿ ਉਹਨੂੰ ਸਾਹਿਬ ਨਾਲ ਆਪੇ ਮਰ ਗਿਆ ਅੰਗਰੇਜ਼ਾਂ ਨੇ। ਹਾਂਜੀ ਠੀਕ ਹੈ ਜੀ, ਠੀਕ ਆ ਜੀ, ਹਾਂਜੀ, ਕਿ ਉਹ ਕਹਿੰਦੇ ਸੀਗੇ ਵੀ ਜਿਹੜੇ ਆਪਦੀ ਕੌਮ ਦੇ ਸਾਡੇ ਕਦੋਂ ਬਣਨਗੇ, ਅਤੇ ਹੁਣ ਵੀ ਉੱਥੇ ਆ, ਅਤੇ ਸਾਡੇ ਲੋਕਾਂ 'ਚ ਉਹਨਾਂ ਨੂੰ ਵੱਡੀਆਂ ਲੈਣੀਆਂ ਵੀ ਸਿਖਾ ਦਿੱਤੀਆਂ, ਨਹੀਂ ਤਾਂ ਉਹ ਬਕਾਇਦਾ ਕੰਮ ਫ੍ਰੀ ਹੁੰਦੇ ਸੀਗੇ, ਹੁਣ ਉੱਥੇ ਹੀ ਪੈਸੇ ਦਿਓ, ਜਿਹੜਾ ਮਰਜ਼ੀ ਕੰਮ ਕਰਾ ਲਓ।